ਪੰਜ ਸ਼ੁਰੂ ਹੋਣ ਲਿਆ ਰਿਹਾ ਹੈ। ਇੱਕ ਪਾਸੇ ਕਹਿੰਦੇ ਟੀਮ ਹੈ ਜਨੇਤਪੁਰੇ ਦੀ, ਅਮਰੋ ਜਨੇਤਪੁਰੀ ਆ, ਇਸ ਇਲਾਕੇ ਦਾ ਚੋਟੀ ਦਾ ਸਟਾਰ ਹੈ ਮੇਰੇ ਵੀਰੋ ਅਮਰੋ ਨਾਲ ਗਿੱਲ ਇੰਦਗੜੀ ਹੈ, ਹੈਪੀ ਕਨਿਆਲ ਹੈ, ਨਾ ਦੋਤੇ ਵਾਲਾ ਕਹਿੰਦੇ ਰੁਪਿੰਦਰ ਆ ਗਿਆ ਰੇਡ ਪਾਉਣ ਦੀ, ਰੁਪਿੰਦਰ ਦੀ ਇਸ ਲਈ ਰੇਡ ਪੈਣ ਜਾ ਰਹੀ ਹੈ। ਮੈਨੀ ਮਈ ਕਿ ਪਿਆਰ ਗੱਲ ਦੋਤੇ ਵਾਲੇ ਰੁਪਿੰਦਰ ਦੀ ਰੇਡ ਦੇ ਉੱਪਰ ਲਾਓ ਸਾਹਮਣੇ, ਇਸ ਲਈ ਰੁਪਿੰਦਰ ਕਬੱਡੀ ਭਾਰ ਹੈ, ਮੁੰਡਾ ਬੜਾ ਤੇਜ਼ ਤਰਾਰ ਹੈ ਰੁਪਿੰਦਰ ਦੋਤੇ ਵਾਲਾ, ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੈ। ਅਗਲੀ ਰੇਡ ਪਾਉਣ ਦੇ ਲਈ ਜਨੇਤਪੁਰ ਦੀ ਟੀਮ ਵੱਲੋਂ ਕਹਿੰਦੇ ਅੰਤਰ ਜਨੇਤਪੁਰੀ ਆ ਖੇਡ ਮੈਦਾਨ ਦੇ ਵਿੱਚ ਵੱਧ ਰਿਹਾ। ਲਓ ਅੰਤਰ ਦੀ ਕਹਿੰਦੇ ਕਬੱਡੀ ਪੈਣ ਜਾ ਰਹੀ ਤੇ ਚਾਰ ਨੇ, ਇੱਕ ਪਾਸੇ ਕਹਿੰਦੇ ਘੋੜਾ ਜਿਹੜੇ ਪਹਿਲੇ ਮੈਚ ਚ ਉਹ ਜੱਫੇ ਲਾਏ ਹੈ ਜਿਹੜੇ ਜਿੱਤਣ ਦੇ ਲਈ ਬਹੁਤ ਜ਼ਰੂਰੀ ਸਨ, ਖੁਸ਼ੀ ਵੀ ਕਹਿੰਦੇ ਮੂਹਰੇ ਹੋ ਹੋ ਘੇਰਦਾ ਰਿਹਾ, ਕਾਲੇ ਵਰਗੇ ਲਵਲੀ ਵਰਗੇ ਵੱਡੇ ਮਨ। ਅਮਰਤ ਸਿੱਧੂ, ਪ੍ਰਦੀਪ ਪ੍ਰਧਾਨ ਦੇ ਨਾਲ ਘੋੜਾ ਤਿੰਨ ਜੱਫੇ ਲਾਵੇਗਾ ਤੇ 1100 ਦੇ ਵੱਡੇ ਮਾਣ ਦਿੱਤੇ ਜਾਣਗੇ ਸਾਡੇ ਵੀਰਾਂ ਵੱਲੋਂ। ਲਓ ਕਹਿੰਦੇ ਇਸ ਲਈ ਅਮਨ ਬਰਾੜ ਹੈ ਮੇਰੇ ਵੀਰੇ, ਅਮਨ ਬਰਾੜ ਕੀ ਹੈ ਤੇ ਕੋਈ ਨਹੀਂ ਜਾਣਦਾ, ਜੇ ਆਖੀ ਵੀ ਦੋਤੇ ਵਾਲਾ ਘੋੜਾ ਤੇ ਦੁਨੀਆਂ ਜਾਣਦੀ ਹੈ ਕਿ ਖੇਰੇਰੀ ਦਾ ਜੱਗ ਤੇ ਕਰੇਜ ਮੁੰਡਾ, ਕਹਿੰਦੇ ਲੋਕੋ ਬਾਹਰ ਆਏ ਤੇਜ, ਪੈਰਾਂ ਥੱਲੇ ਕਹਿੰਦੇ ਦੇ ਅੱਗ ਮੱਚਦੀ ਦੋਤੇ ਵਾਲੇ ਦੀ ਕਬੱਡੀ, ਲੋਕਾਂ ਦੇ ਦਿਲ ਨੋਹ ਜੱਜਦੀ ਦੋਤੇ ਵਾਲੇ ਦੀ ਕਬੱਡੀ, ਆ ਖਿਡਾਰੀ ਦੀ ਕਬੱਡੀ ਕਹਿੰਦੇ ਲੋਕਾਂ ਦੇ ਦਿਲ ਨੂੰ ਜੱਜਦੀ ਹੈ। ਲਓ ਸਾਹਮਣੇ ਇਸ ਲਈ ਹੈਪੀ ਤੇ ਕਹਿੰਦੇ ਸੰਦੀਪ ਹੈ, ਭਾਵੇਂ ਦੋਤੇ ਵਾਲਿਆ ਜਿਹੜੇ ਸੰਦੀਪ ਦੀ ਖੇਡ ਨੂੰ ਪਿਆਰ ਕਰਦੇ ਆ ਤਾੜੀਆਂ ਮਾਰਦੀ ਜੋੜਦਾ, ਦੋਤੇ ਵਾਲੇ ਦੀ ਵੀ ਕਹਿੰਦੇ ਦੁਨੀਆਂ ਦਵਾਨੀ ਹੈ, ਆ ਰਾਜੂ ਸਨੇਰਾ ਵਾਲਾ। ਇਸ ਲਈ ਪਾਰੇ ਕਬੱਡੀ ਇੱਕ ਕੰਨੀ ਤੇ ਕਾਲਾ ਨਾਲ ਘੋੜਾ ਹੈ, ਨਾਲ ਕਹਿੰਦੇ ਬੋਲ ਤੇ ਖੁਸ਼ਦੀਪ ਸੱਚੀ ਬੋਲੀ ਬੋਲਦਾ ਵੀ ਮੈਨੂੰ ਟੱਚ ਹੋਇਆ ਤੇ ਪੁਆਇੰਟ ਰਾਜੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਲੈ ਵੀ ਬਈ ਕਿ ਪਿਆਰ ਗੱਲ ਰੁਪਿੰਦਰ ਦੋਤੇ ਵਾਲੇ ਦੀ, ਰੁਪਿੰਦਰ ਕਹਿੰਦੇ ਦੋਤੇ ਵਾਲਾ ਕਬੱਡੀ ਪਾੜਿਆ ਚਾਰ ਰੇ, ਐਪੀ ਕਹਿੰਦੇ ਬਾਬਾ ਪਿਆਰਾ ਸਿੰਘ ਦਾ ਪੋਤਰ ਹੈ ਇਹਦਾ ਕੜਿਆਲ ਪਿੰਡ ਹੈ, ਨਾਲ ਕਹਿੰਦੇ ਅਮਰੂ ਹੈ, ਨਾਲ ਕਹਿੰਦੇ ਇਕਬਾਲ ਹੈ, ਚਾਰੇ ਜਾਫੀ ਕਹਿੰਦੇ ਇਕਬਾਲ ਦੇ ਜਾਫੀ ਦੇ। ਤੇ ਪਹਿਲਾਂ ਵੀ ਗੱਲ ਕੀਤੀ ਵੀ ਇਹ ਸਟਾਫਲੈਂਡ ਤੇ ਵੱਡੇ ਵੱਡਿਆਂ ਨੂੰ ਵਕਤ ਪਾਇਆ, ਪਰ ਪਿੰਦਰ ਵੀ ਕਹਿੰਦੇ ਚੜਾਈ ਬੜੀ ਹੈ। 75 ਦੀਆਂ ਟੀਮਾਂ ਆਈਆਂ ਬਈ, 75 ਵਾਲਿਆਂ ਤੇੜਾ ਕਰਿਓ, 75 ਦਾ ਫਾਈਨਲ ਮੈਚ ਹੈ, ਇਸ ਤੋਂ ਬਾਅਦ 75 ਕਿਲੋ ਦਾ ਫਾਈਨਲ ਮੈਚ ਖੇਡਿਆ ਜਾਣਾ, ਵੀ ਟੀਮਾਂ ਤਿਆਰ ਰਹਿਣ। ਲਓ ਰਾਜੂ ਸਨੇਰਾ ਬਣਾ ਕਹਿੰਦੇ ਇਸ ਲਈ ਕਬੱਡੀ ਪਾਉਣ ਦੇ ਲਈ ਨੌਜਵਾਨ ਮਜ਼ਾ ਹੋਇਆ, ਚਾਰ ਜਾਫੀਆਂ ਵਿੱਚੋਂ ਖੁਸ਼ਦੀਪ ਤਿਰਪੇ ਵਾਲਾ ਪਰ ਸਨੇਰਾ ਵਾਲਾ ਰਾਜੂ ਤਕੜਾ ਨੰਬਰ ਜੋੜਦਾ ਹੋਇਆ। ਦਰਸ਼ੀ ਵੀਰੋ ਮੈਚ ਵਧੀਆ ਲੱਗਦਾ ਤੇ ਤਾੜੀਆਂ ਦੋਨੋਂ ਟੀਮਾਂ ਲਈ ਮਾਰ ਦੋ। ਲਓ ਸੰਦੀਪ ਦੋਤੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਹੈ ਨੌਜਵਾਨ ਖਬਰੋ, ਵਾਧਾ ਹੋਇਆ ਦੋਤੇ ਵਾਲਾ ਸੰਦੀਪ। ਪ੍ਰਦੀਪ ਬੋਡੇ ਸਾਡਾ ਵੀਰ ਹੈ, ਨਾਲ ਬਾਬਾ ਲੋਹਾਰਾ ਤੇ ਅਮਰਤੋੜੀ ਸਾਡੇ ਵੀਰ। ਘੋੜਾ ਜੱਫਾ ਲਾਵੇ, ਘੋੜਾ ਤਿੰਨ ਜੱਫੇ ਲਾਵੇ ਤੇ 1100 ਦਿੱਤਾ ਜਾਵੇਗਾ ਮੈਂ ਭਰਾਵਾਂ ਵੱਲੋਂ। ਪ੍ਰਦੀਪ ਹੋਣੀ ਸਾਡੇ ਵੀਰ ਆਏ ਹੈ, ਕਿਤੇ ਗੱਲਾਂ ਕਿਵੇਂ ਨੌਰਥ ਵੈਸਟ ਦੀਆਂ ਚੱਲੀਆਂ, ਪ੍ਰਧਾਨ ਕੀ ਆ ਕਿਵੇਂ ਵੱਡੇ ਆਹਦੇ ਐਵੇਂ ਨਹੀਂ ਮਿਲਦੇ, ਦੁਨੀਆਂ ਨੂੰ ਕੁਝ ਕਰਕੇ ਦਿਖਾਉਣਾ ਪੈਂਦਾ। ਇੱਧਰ ਕਹਿੰਦੇ ਕਬੱਡੀ ਪੈ ਰਹੀ ਹੈ ਸਭ ਦੇ ਜਨੇਤਪੁਰੇ ਵਾਲੇ ਅੰਤਰ ਦੀ ਮੇਰੇ ਮਿੱਤਰੋ, ਅਮਰੂ ਦਾ ਕਹਿੰਦੇ ਵੀਰ ਕਬੱਡੀ ਪਾ ਰਿਹਾ ਹੈ। ਲਾ ਅੰਤਰ ਦੀ ਇਸ ਲਈ ਰੇਰ ਹੈ ਤੇ ਕਹਿੰਦੇ ਲਵਲੀ ਨੂੰ ਪਿਆਰ ਦੇ ਨਾਲ ਬੋਦਲ ਕਹਿੰਦੇ ਹੈ, ਐਨ ਕਮਾਲ ਨਾ ਜਾਫੀ ਪਰ ਅੰਦਰ ਦੇ ਲਈ ਤਾੜੀਆਂ ਮਾਰ ਦੋ ਦਰਸ਼ਕ ਵੀਰੋ।
ਅੰਤਰ ਨੌਜਵਾਨ ਗਬਰੂ ਜਨੀਤਪੁਰੀਆ ਤਗੜਾ ਨੰਬਰ ਜੁੜ ਗਿਆ। ਗੁਰਤਾਰ ਸਿੰਘ ਆ ਗਿਆ ਪੰਜ ਅੱਗ ਵਾਲੇ ਸਾਹਮਣਿਆਂ ਦਾ, ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਜੀਤੇ ਮੌੜ ਨੇ ਦੁਨੀਆਂ ਦੇ ਕਹਿੰਦੇ ਵੱਡੇ ਵੱਡੇ ਸਟਾਰਾਂ ਨੂੰ ਕਹਿ ਕੇ ਜੱਫੇ ਲਾਏ ਹੈ ਔਰ ਉਸੇ ਪਿੰਡ ਦੇ ਤੋਚੀ ਦੀ ਚੜ੍ਹਤ ਰਹੀ ਹੈ। ਕਬੱਡੀ 62 ਕਿਲੋ ਵੀ ਖੇਡਦਾ ਸੀ, ਫਿਰ ਉੱਪਰ ਵੀ ਖੇਡਦਾ ਸੀ ਤੇ ਫਿਰ ਸ਼ੋ ਮੈਚ ਵੀ ਖੇਡਦਾ ਸੀ। ਸਾਰੇ ਸੰਗਿਆਂ ਦਾ ਤੋਚੀ ਮੇਰੇ ਵੀਰੋ ਹੋਣੇ ਵਰਗੇ ਮਹਿੰਦਰ ਮੌੜ ਦਾ ਪਿੰਡ ਹੈ ਉਹ ਸਾਹਮਣੇ ਤਾਜਾ ਕਾਲੇ ਸੰਗਿਆਂ ਦੀ ਧਰਤੀ ਦਾ ਗੱਡੀਆਂ ਦੇ ਨਾਲ ਮਾਨ ਸਨਮਾਨ ਆਉਂਦੇ ਇਸ ਨੌਜਵਾਨ ਖਿਡਾਰੀ ਨੇ ਨਾ ਤਗੜਾ ਨੰਬਰ ਤਾਜੇ ਨੇ ਜੋੜ ਦਿੱਤਾ ਹੈ। ਰਾਜੂ ਸੁਨੇਹਾ ਵਾਲੇ ਵੀ ਇਸ ਵੇਲੇ ਕਬੱਡੀ ਪੈਣ ਜਾ ਰਹੀ ਹੈ। ਸਿੰਘ ਸਰਦਾਰ ਗੱਭਰੂ ਸੁਨੇਹਾ ਪੈਂਦਾ ਕਹਿੰਦੇ ਜ਼ਿਲ੍ਹੇ ਮੋਗੇ ਦਾ ਹੈ, ਅੱਜ ਮੱਲਿਆਂ ਦੀ ਧਰਤੀ ਤੇ ਲੱਗੀਆਂ ਹੋਈਆਂ ਰੌਣਕਾਂ, ਆ ਹੈ ਤੋਤੇ ਦੀ ਧਰਤੀ ਦਾ ਕਾਲਾ ਮੇਰੇ ਵੀਰੋ। ਤੋਤਾ ਪਾਉਣੀ ਬੜੇ ਮਸ਼ਹੂਰ ਪਿੰਡ ਨੇ, ਸ੍ਰੀ ਮੁਕਤਸਰ ਸਾਹਿਬ ਦੀ ਧਰਤੀ, 40 ਮੁਕਤਿਆਂ ਦੀ ਧਰਤੀ, ਦੋਤੇ ਪਿੰਡ ਦਾ ਨੌਜਵਾਨ ਗੱਭਰੂ ਕਾਲਾ ਹੈ। ਖੇਡ ਮੈਦਾਨ ਦੇ ਵਿੱਚ ਤਕੜਾ ਜੱਫਾ ਲਾ ਗਿਆ ਰਪਿੰਦਰ, 21 ਸਾਲਾਂ ਦੀ ਉਮਰ, ਚੜ੍ਹਦੀ ਜਵਾਨੀ, ਮੁੱਛ ਮੁੱਟ ਗੱਭਰੂ, ਇਸ ਲਈ ਦੋਤੇ ਦੀ ਧਰਤੀ ਦਾ ਰਪਿੰਦਰ ਕਬੱਡੀ ਪਾ ਰਿਹਾ ਹੈ। ਅਮਰੂ ਚਨੇਤਪੁਰੀ ਹੈ ਔਰ ਨਾਲ ਕਹਿੰਦੇ ਹੈਪੀ ਹੈ ਕੰਡਿਆਲ ਦੀ ਧਰਤੀ ਦਾ, ਵੇਖਣਾ ਵੀ ਕਿਹੜੇ ਖਿਡਾਰੀ ਨਾਲ ਹੁੰਦਾ ਮੁਕਾਬਲਾ। ਲਓ ਸਾਹਮਣੇ ਅਮਰੂ ਦੀ ਕੋਸ਼ਿਸ਼ ਔਰ ਨੌਜਵਾਨ ਗੱਭਰੂ ਜਾਂ ਹੈਪੀ ਕਰਦਾ ਕੰਡਿਆਲ ਵਾਲਾ, ਦੋਤੇ ਵਾਲਾ ਮੁੰਡਾ ਬੜਾ ਤਿੱਖਾ ਹੈ, ਮੁੰਡਾ ਬੜਾ ਤੇਜ਼ ਹੈ, ਲਓ ਰਪਿੰਦਰ ਦੋਤੇ ਵਾਲਾ ਅੱਗ ਦੀ ਨਾਲ ਹੀ ਹੈ। ਕਹਿੰਦੇ ਹੈ ਕਮਾਲ ਦਾ ਖਿਡਾਰੀ ਹੈ ਨੌਜਵਾਨ ਗੱਭਰੂ, ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਅਗਲੀ ਰੇਡ ਅੰਤਰ ਦੀ ਟੀਮ ਲਈ ਗੱਲ ਕਰ ਰਿਹਾ ਹੈ। ਨੌ ਅੰਤਰ ਕਹਿੰਦੇ ਕਬੱਡੀ ਪਾ ਰਿਹਾ ਹੈ, ਮੱਦੋ ਕਹਿੰਦੇ ਕਮਾਲ ਦਾ ਕਹਿੰਦੇ ਸਨਮਾਨ ਕੀਤਾ ਜਾਣਾ ਹੈ ਸਾਡੇ ਸ਼ਿੰਦਰ ਸਿੰਘ ਜੀ, ਹਾਕਮ ਸਿੰਘ ਜੀ, ਪਹਿਲਾਂ ਕਹਿੰਦੇ ਕਬੱਡੀ ਦੀ ਦੁਨੀਆਂ ਦੇ ਵਿੱਚ ਚਮਕਦੇ ਨਾਮ ਨੇ। ਮੈਂ ਬੇਨਤੀ ਕਰਾਂਗਾ ਉਹ ਵੀ ਗਰਾਊਂਡ ਦੇ ਵਿੱਚ ਆ ਜਾਣਗੇ, ਵੱਡੇ ਮਾਣ ਜਿਹੜੇ ਇਕਬਾਲ ਇਕਬਾਲ ਸਾਡਾ ਵੀਰ ਮੱਦੋ ਕਿਆਂ ਵਾਲਾ, ਉਹਦਾ ਸਨਮਾਨ ਕੀਤਾ ਜਾਵੇਗਾ। ਸਾਡੇ ਬਾਈ ਸ਼ਿੰਦਰ ਜੀ ਤੇ ਬਾਈ ਹਾਕਮ ਜੀ ਉਹਨਾਂ ਵੱਲੋਂ ਵੱਡੇ ਮਾਣ ਹੋਣਗੇ, ਨਾਲ ਪੂਰੀ ਪ੍ਰਬੰਧ ਕਮੇਟੀ। ਗੱਲਾਂ ਦੁਨੀਆਂ ਦੇ ਵਿੱਚ ਲਓ ਸੰਦੀਪ ਆ ਗਿਆ ਕਬੱਡੀ ਪਾਉਣ ਦੇ ਲਈ, ਘੋੜਾ ਜੱਫਾ ਲਾਵੇਗਾ, ਤਿੰਨਾਂ ਜੱਫਿਆਂ ਦੇ ਵੱਡੇ ਮਾਣ ਲਾਣ ਕਰਵਾਏ ਸਾਡੇ ਵੀਰਾਂ ਨੇ, ਅਮਰ ਤੋੜੀ ਬਾਬਾ ਲੋਹਾਰ ਤੇ ਨਾਲ ਪ੍ਰਦੀਪ ਸਾਡਾ ਵੀਰ ਬੌਡੀ, ਉਹਨਾਂ ਵੱਲੋਂ ਵੱਡੇ ਮਾਣ। ਇੱਧਰ ਕਹਿੰਦੇ ਕਬੱਡੀ ਜਿਹੜੀ ਸੁਨੇਹਾ ਵਾਲੇ ਲਈ ਪੈ ਰਹੀ ਹੈ, ਜਿਹੜੇ ਪਿੰਡ ਦਾ ਗੁਰਚਰਨ ਕਹਿੰਦੇ ਬੜੇ ਵਧੀਆ ਬੋਲ ਬੋਲਦਾ ਹੈ, ਜਿਹੜੇ ਪਿੰਡ ਦੇ ਲੱਖੇ ਵਰਗੇ, ਜਿਹੜੇ ਪਿੰਡ ਦੇ ਸ਼ੇਰੇ ਵਰਗੀਆਂ ਵੀ ਕਹਿੰਦੇ ਚੜ੍ਹਾਈ ਹੈ, ਲਓ ਉਸੇ ਸੁਨੇਹਰ ਪਿੰਡ ਦਾ ਨੌਜਵਾਨ ਕਹਿੰਦੇ ਕਬੱਡੀ ਪਾ ਰਿਹਾ ਹੈ ਤੇ ਬੋਤਲ ਦੇ ਕਹਿੰਦੇ ਅੱਜ ਜੱਫੇ ਧੁੰਨ ਧੁੰਨ ਕੇ ਲਾਏ ਹੈ, ਲਵਲੀ ਵੀ ਅੱਜ ਕਹਿੰਦੇ ਕਮਾਲ ਦੇ ਜੱਫੇ ਲਾ ਰਿਹਾ ਹੈ, ਲਓ ਕਹਿੰਦੇ ਸੁਨੇਹਾ ਵਾਲੇ ਰਾਜੂ ਨੂੰ ਭਗਤ ਪਾਇਆ ਹੋਇਆ ਹੈ, ਖੁਸ਼ੀ ਦੇਖ ਰਿਹਾ ਹੈ, ਉੱਧਰ ਦੇਖਾਂਗੇ ਕੀ ਫੈਸਲੇ ਤੇ ਨੰਬਰ ਦੋਤੇ ਵਾਲੇ ਲਵਲੀ ਦਾ ਕਾਮਨ ਹੋ ਗਿਆ ਜੀ। ਤਜਿੰਦਰ, ਦੀਪਾ, ਗੁਰਜੀਤ, ਸੌਦੀ ਅਰਬ ਵਾਲੇ ਸਾਡੇ ਵੀਰ, ਛੋਟੇ ਤੇ ਵੱਡੇ ਅਮਨ ਦੇ ਲਈ 200 ਦੇ ਮਾਣ ਉਹਨਾਂ ਨੇ ਭੇਜੇ ਹੈ, ਬਹੁਤ ਵੱਡਾ ਧੰਨਵਾਦ। ਤਾਜੇ ਦੀ ਰੇਡ ਤੇ ਅਮਲ ਕਰ ਵੀ ਗਿਆ ਤਾਜਾ ਕਾਰੇ ਸੰਗਿਆਂ ਦਾ, ਚੜ੍ਹਦੀ ਜਵਾਨੀ, ਮੁੱਛ ਪੁੱਟ ਗੱਭਰੂ, ਪਾਪਾ ਰੇਟਾ ਮੇਲਾ ਲੈਂਦਾ ਲੁੱਟ ਗੱਭਰੂ। ਇਹ ਹੈ ਕਹਿੰਦੇ ਮੇਲੇ ਲੁੱਟਣ ਵਾਲਾ ਖਿਡਾਰੀ, ਜਿਹਨੇ ਟਰੈਕਟਰ ਵੀ ਜਿੱਤੇ ਆ, ਜਿਹਨੇ ਗੱਡੀਆਂ ਵੀ ਜਿੱਤੀਆਂ, ਜਿਹਨੂੰ ਗੱਡੀਆਂ ਮਾਨ ਸਨਮਾਨ ਦੇ ਵਿੱਚ ਵੀ ਮਿਲਦੀਆਂ। ਇਹ ਹੈ ਤਾਜਾ ਕਾਲੇ ਸੰਗਿਆਂ ਵਾਲਾ ਮਹਾਨ ਕਬੱਡੀ ਖਿਡਾਰੀ, ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੈ। ਅਗਲੀ ਰੇਡ ਅੰਤਰ ਦੀ ਖੇਡ ਮੈਦਾਨ ਦੇ ਵਿੱਚ ਪੈਣੀ ਆ ਰਹੀ ਹੈ। ਫਤਿਹ ਕਲੱਬ ਵਾਲੇ ਵੀਰ ਜ਼ਰੂਰ ਸੰਪਰਕ ਕਰਨ, ਫਤਿਹ ਕਲੱਬ ਵਾਲੇ ਇਕਬਾਲ ਮੱਦੋਕਿਆਂ ਵਾਲੇ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਹੋਣਾ ਹੈ।
ਉਹ ਵੀ ਗਰਾਊਂਡ ਦੇ ਵਿੱਚ ਆ ਕੇ ਆਪਣਾ ਸਨਮਾਨ ਪ੍ਰਾਪਤ ਕਰ ਲਵੇ। ਲਓ ਸਾਹਮਣੇ ਇਸ ਵੇਲੇ ਅੰਤਰ ਦੋਦੇ ਵਾਲਾ ਕਾਲਾ ਮੇਰੀ ਵੀਰੋ ਗਾਜੀ ਕਾਲੇ ਦਾ ਵੱਡਾ ਨਾਮ ਰਿਹਾ ਹੈ ਯੂਰਪ ਦੇ ਖੇਡ ਮੈਦਾਨਾਂ ਵਿੱਚ ਪਾਵੇਗਾ ਧੋਮਾ ਰਪਿੰਦਰ ਦੋਦੇ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ। ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਗੱਭਰੂ ਅੰਤਰ ਅੰਤਰ ਕਹਿੰਦੇ ਜਨੇਤ ਪੁਰੀਆ ਮੈਂ ਵੀ ਅਮਰੀਕੀ ਕਹਿੰਦਾ ਅੰਤਰ ਦੀ ਰੇਡ ਪੈਣੀ ਆ ਰਹੀ ਹੈ। ਅੰਤਰ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਘੋੜੇ ਦੇ ਤਿੰਨਾਂ ਜੱਸਿਆਂ ਦੇ ਪ੍ਰਦੀਪ ਬੋਡੇ ਬਾਬਾ ਲੋਹਾਰਾ ਤੇ ਨਾਲ ਅਮਰ ਤੁਹਾਡੀ ਵੀਰ ਉਹਨਾਂ ਵੱਲੋਂ ਵੱਡੇ ਮਾਂ ਡੋੜਗੇ ਅਮਰਤ ਤੇ ਆਹ ਦੇਖਾਂਗੇ ਸਾਹਮਣੇ ਅੰਤਰ ਕਬੱਡੀ ਪਾ ਰਿਹਾ ਹੈ ਖੁਸ਼ੀ ਵਰਗੇ ਚਾਰ ਰੇ ਉੱਧਰ ਕਹਿੰਦੇ ਖੁਸ਼ੀ ਤੇ ਅੰਤਰ ਅੰਤਰ ਤੇ ਖੁਸ਼ੀ ਨੌਜਵਾਨ ਨਹੀਂ ਉਹ ਰੀਸਾ ਤੇਰੀ ਆ ਤਕੜਾ ਨੰਬਰ ਜੋੜਦਾ ਹੈ ਸੰਦੀਪ ਦੋਤੇ ਵਾਲੇ ਦੀ ਰੇਡ ਸੰਦੀਪ ਦੋਤੇ ਵਾਲਾ ਇਸ ਲਈ ਕਬੱਡੀ ਪਾ ਰਿਹਾ ਕਿ ਨਾ ਖੇਡ ਕੌਡੀ ਵਿੱਚ ਵੱਡਾ ਸੰਦੀਪ ਦਾ ਤਕੜਾ ਇਹ ਧਾਵੀ ਕਹਿੰਦੇ ਅੱਜ ਦੀ ਤਰੀਕ ਦਾ ਖੇਡ ਦੇ ਮੈਦਾਨਾਂ ਵਿੱਚ ਬਾਜ ਵਾਂਗ ਉੱਡਦਾ ਤਕੜੇ ਜੇ ਜਾਫੀਆਂ ਤੋਂ ਘੱਟ ਹੀ ਰੁਕਦਾ ਤਕੜੇ ਜੇ ਜਾਫੀਆਂ ਤੋਂ ਘੱਟ ਹੀ ਰੁਕਦਾ ਇਹ ਹੈ ਸੰਦੀਪ ਦੋਤੇ ਵਾਲਾ। ਅਗਲੀ ਰੇਡ ਹਨੇਰਾ ਵਾਲਾ ਰਾਜੂ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਹੈ ਦੋਤੇ ਵਾਲਾ ਕਹਿੰਦੇ ਘੋੜਾ ਤਿਆਰ ਹੈ ਔਰ ਲਈ ਕਰੀ ਤੇ ਕਹਿੰਦੇ ਖੁਸ਼ਦੀਪ ਹੈ ਨਾ ਦੋਤੇ ਵਾਲਾ ਘੋੜਾ ਮੇਰੇ ਵੀਰੋ ਐਨ ਕਮਾਲ ਦਾ ਜਾਫੀ ਹੈ ਦੋਤੇ ਦੀ ਧਰਤੀ ਦਾ ਘੋੜਾ ਮੈਂ ਸਮਾਪਤ ਹੈ ਦੋਤੇ ਦੀ ਟੀਮ ਇਸ ਮੈਚ ਦੀ ਜੇਤੂ ਟੀਮ 75 ਕਿਲੋ ਦੀਆਂ ਟੀਮਾਂ ਆ ਜਾਣ